ਹਰਿਆਣੇ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਵੱਲੋਂ ਫਤਿਹਗੜ੍ਹ ਚੂੜੀਆਂ 'ਚ ਦਿਨੇਸ਼ ਬੱਬੂ ਦੇ ਹੱਕ 'ਚ ਕੀਤਾ ਗਿਆ ਚੋਣ ਪ੍ਰਚਾਰ। ਰਵੀਕਰਨ ਸਿੰਘ ਕਾਹਲੋਂ ਵੱਲੋਂ ਕਰਵਾਈ ਗਈ ਵਿਸ਼ਾਲ ਚੋਣ ਰੈਲੀ। ਦਿਨੇਸ਼ ਬੱਬੂ ਦੇ ਹੱਕ 'ਚ ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਮੰਗੀਆਂ ਵੋਟਾਂ। ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਸੀਐਮ ਸੈਣੀ ਦੀ ਹੋਈ ਚੋਣ ਰੈਲੀ। ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਦਿਨੇਸ਼ ਸਿੰਘ ਬੱਬੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਫਤਿਹਗੜ੍ਹ ਚੂੜੀਆਂ ਪਹੁੰਚੇ, ਜਿੱਥੇ ਉਹਨਾਂ ਨੇ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਪਰ ਨਿਸ਼ਾਨੇ ਸਾਧੇ, ਉੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ ਅਤੇ ਦਿਨੇਸ਼ ਸਿੰਘ ਬੱਬੂ ਨੂੰ ਜਿਤਾਉਣ ਦੀ ਜ਼ੋਰਦਾਰ ਅਪੀਲ ਵੀ ਕੀਤੀ। ਇਸ ਮੌਕੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ, ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਵਿਕਰਮਜੀਤ ਸਿੰਘ, ਵਿੱਕੀ ਰੰਧਾਵਾ ਅਤੇ ਹੋਰ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਮੁੱਖ ਮੰਤਰੀ ਨੈਬ ਸਿੰਘ ਸੈਣੀ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ 'ਚ ਕੀਤੇ ਗਏ ਕੰਮਾਂ ਨੂੰ ਵੇਖਦੇ ਹੋਏ ਲੋਕ ਇੱਕ ਵਾਰ ਫਿਰ ਦੇਸ਼ 'ਚ ਦੁਬਾਰਾ ਭਾਜਪਾ ਦੀ ਸਰਕਾਰ ਬਣਾਉਣਗੇ ਅਤੇ ਹਲਕਾ ਗੁਰਦਾਸਪੁਰ ਤੋਂ ਵੀ ਦਿਨੇਸ਼ ਸਿੰਘ ਬੱਬੂ ਦੀ ਸ਼ਾਨਦਾਰ ਜਿੱਤ ਹੋਵੇਗੀ। ਅੱਜ ਦੀ ਚੋਣ ਰੈਲੀ 'ਚ ਵੱਡੀ ਗਿਣਤੀ ਵਿੱਚ ਪਿੰਡਾਂ ਅਤੇ ਫਤਿਹਗੜ੍ਹ ਚੂੜੀਆਂ ਸ਼ਹਿਰ 'ਚੋਂ ਭਾਜਪਾ ਆਗੂ ਅਤੇ ਵਰਕਰ ਪਹੁੰਚੇ ਹੋਏ ਸਨ। ਚੋਣ ਪ੍ਰਚਾਰ ਕੇ ਲਿਏ ਕੈਸਾ ਲੱਗ ਅੱਛਾ ਲੱਗ ਰਿਹਾ ਹੈ। ਪੰਜਾਬ ਕੇ ਲੋਕ ਆਜ ਮੋਦੀ ਜੀ ਕੇ ਸਾਥ ਖੜੇ ਹੈ ਔਰ ਮੋਦੀ ਜੀ ਕੋ ਬਹੁਤ ਬੜੇ ਮੈਂਡੇਟ ਕੇ ਸਾਥ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਨੇ ਮੇਂ ਪੰਜਾਬ ਕੇ ਲੋਕ ਨੇ ਵੋ ਉਨਕੇ ਸਾਥ ਖੜੇ ਹੈ ਕਿਉਂਕਿ ਪੰਜਾਬ ਕੇ ਲੋਕੋ ਨੇ ਆਜ ਦੇਖ ਲਿਆ ਹੈ ਕਿ ਇਹ ਭ੍ਰਿਸ਼ਟਾਚਾਰੀ ਲੋਕ ਹੈ, ਇਹ ਠੱਗਣੇ ਕੇ ਲਿਏ ਪੰਜਾਬ ਕੋ ਆਏ, ਪੰਜਾਬ ਕੋ ਲੂਟ ਕਰਕੇ ਆਪਣੇ ਆਕਾਓ ਕੋ ਖੁਸ਼ ਕਰਨੇ ਕੇ ਲਿਏ ਉਨਕੇ ਪਾਸ ਯਹਾਂ ਕੇ ਵੋਟ ਕੇ ਪੈਸੇ ਕੋ ਵਹਾਂ ਭੇਜਨੇ ਕਾ ਕਾਮ ਕਰਤੇ ਹੈ, ਪਰੰਤੂ ਯਹਾਂ ਕੇ ਜੋ ਆਮ ਆਦਮੀ ਹੈ, ਗਰੀਬ ਆਦਮੀ ਹੈ, ਉਸਕੀ ਸਮੱਸਿਆਓਂ ਕੋ ਦੂਰ ਕਰਨੇ ਕਾ ਕਾਮ ਇਹਨਾਂ ਨੇ ਕੀਆ। ਇਹਨਾਂ ਨੇ ਝੂਠੇ ਵਾਅਦੇ ਤੋ ਕੀਏ, ਅਬ ਉਨਕੇ ਹਾਲਾਤ ਕੇ ਉੱਪਰ ਛੋੜ ਦਿਆ ਹੈ, ਜੋ ਬਹਿਨੋਂ ਕੇ ਸਾਥ ਵਾਅਦਾ ਕੀਆ ਥਾ ਵੋ ਵੀ ਇਹ ਪੂਰਾ ਨਹੀਂ ਕਰ ਪਾਏ, ਵੋਟ ਲੈਣੇ ਕਾ ਤੋ ਕਾਮ ਕੀਆ ਹੈ, ਪਰੰਤੂ ਉਨ ਲੋਕੋ ਕਾ ਸ਼ੋਸ਼ਣ ਕਰ ਰਹੇ ਹੈ ਯੇ ਲੋਕ। ਔਰ ਆਜ ਪੰਜਾਬ ਕੇ ਲੋਕੋ ਨੇ ਮਨ ਬਣਾਇਆ ਹੈ ਕਿ ਨਰਿੰਦਰ ਮੋਦੀ ਜੀ ਕੇ ਸਾਥ ਹੀ ਪੰਜਾਬ ਆਗੇ ਬੜ੍ਹ ਸਕਦਾ। ਸਰ, ਪਿਛਲੀ ਵਾਰ ਹਰਿਆਣਾ ਮੇਂ 10 ਸੀਟੇ ਖੜੀ ਥੀ ਭਾਜਪਾ ਨੇ, ਇਸ ਵਾਰ ਕਿਸਾਨੋਂ ਕਾ ਵਿਰੋਧ ਹੈ, ਪੰਜਾਬ ਮੇਂ ਵਿਰੋਧ ਕਾ ਵਿਰੋਧ ਨਹੀਂ ਹੈ ਕਿਸਾਨੋਂ, ਇਹ ਕਾਂਗਰਸ ਔਰ ਆਮ ਆਦਮੀ ਕੇ ਦੁਆਰਾ ਇਹ ਸਭ ਸਮਝ ਰਹੇ ਹੈ, ਸਭ ਕੋ ਧਿਆਨ ਮੇਂ ਹੈ। ਕਾਂਗਰਸ ਕੇ ਲੋਕ ਸ਼ਵੇਤ ਪੱਤਰ ਜਾਰੀ ਕਰਕੇ ਬਤਾਏ, ਆਮ ਆਦਮੀ ਕੀ 24 ਮਹੀਨੇ ਕੀ ਸਰਕਾਰ ਹੋ ਗਈ ਹੈ, ਇਹ ਪੰਜਾਬ ਕੇ ਕਿਸਾਨੋਂ ਕੋ ਬਤਾਏ, ਦੇਸ਼ ਕੇ ਕਿਸਾਨੋਂ ਕੋ ਬਤਾਏ ਕਿ ਹਮਨੇ ਕਿਸਾਨੋਂ ਕੇ ਹਿੱਤ ਮੇਂ ਕਿਆ ਕਦਮ ਉਠਾਏ ਹੈ। ਸਰਕਾਰ ਕੇ ਅੰਦਰ ਬੈਠੇ ਹੈ, ਘੋੜੇ ਵਾਲੇ ਕਿਸਾਨੋਂ ਕੋ ਵਰਗਲਾ ਕਰਕੇ ਔਰ ਉਨਕੋ ਗੁਮਰਾਹ ਕਰਕੇ ਸੜਕੋਂ ਕੇ ਉੱਪਰ ਉਤਾਰਨਾ, ਇਹ ਘੋਰ ਅਪਰਾਧ, ਇਹ ਘੋਰ ਅਨਿਆਏ ਅਗਰ ਕਿਸੀ ਨੇ ਕੀਆ, ਇਨ ਲੋਕੋ ਨੇ ਕੀਆ ਹੈ, ਔਰ ਇਸਕਾ ਖਾਮਿਆਜਾ ਪੰਜਾਬ ਭੁਗਤ ਰਹਾ ਹੈ। ਔਰ ਆਜ ਪੰਜਾਬ ਨੇ ਯੇ ਮਨ ਬਣਾ ਲਿਆ ਹੈ ਕਿ ਇਨਕੀ ਬਾਤੋਂ ਮੇਂ ਨਹੀਂ ਆਨੇ ਵਾਲੇ ਹੈ ਨਰਿੰਦਰ ਮੋਦੀ ਜੀ। ਇੰਡੀਆ ਗਠਜੋੜ ਕਹਿ ਰਹਾ ਹੈ ਕਿ ਹਮਾਰੀ ਸਰਕਾਰ ਬਣਨੇ ਜਾ ਰਹੀ ਹੈ। ਇੰਡੀਆ ਗਠਬੰਧਨ ਯੇ ਭ੍ਰਿਸ਼ਟਾਚਾਰੀਓਂ ਕਾ ਟੋਲਾ ਹੈ, ਏਕ ਵੀ ਵਿਅਕਤੀ ਐਸਾ ਨਹੀਂ ਹੈ ਜਿਸਕੇ ਉੱਪਰ ਭ੍ਰਿਸ਼ਟਾਚਾਰ ਕੋ ਲੇਕਰ ਕੇ FIR ਦਰਜ ਨਹੀਂ ਹੈ, ਏਕ ਵੀ ਵਿਅਕਤੀ ਐਸਾ ਨਹੀਂ ਹੈ ਜੋ ਜੇਲ੍ਹ ਕੇ ਅੰਦਰ ਨਾ ਗਿਆ ਹੋ, ਕੁਛ ਜੇਲ੍ਹ ਮੇਂ ਗਏ ਹੈ,
कुछ जेल में जाने वाले हैं, कुछ जेल से आए हैं। ये सब वोट इसलिए मांग रहे हैं कि हमने भ्रष्टाचारियों को बचाना है। मोदी जी वोट इसलिए मांग रहे हैं कि हमने इस देश को लेकर रुका हुआ जो केजरीवाल है, नागपुर साहब में भी चुन प्रचार आपके लिए किया और चंडीगढ़ में उन्होंने वो कांग्रेस के लिए किया। देखिए ये दो चेहरे हैं, ये दो चेहरे हैं, लोग समझ चुके हैं इनके चेहरे, आनंदपुर और चंडीगढ़ शासन। जो व्यक्ति गुरुओं की सौंख खा करके ये बात बोलता था कि कांग्रेस इतनी भ्रष्ट पार्टी है, मैं बच्चों की कसम खाता हूँ कभी समझौता नहीं करूंगा। आज जो एक दूसरे को पानी पी पी करके गाली देते थे, आज दोनों गले मिल रहे हैं। ये गले इसलिए नहीं मिल रहे कि इन्होंने पंजाब का भला करना है, ये गले इसलिए नहीं मिले कि इन्होंने पंजाब के लोगों का भला करना है, इन्होंने इस प्रदेश को लूट करके अपने आकाओं को खुश करना है, भ्रष्टाचार करना है। भ्रष्टाचार में भगवंत मान की सरकार के मंत्री, उनकी वीडियो भी वायरल हो रही है, पैसे मांगते हैं उनकी वायरल हो रही है, कहीं के ऊपर मुकदमे दर्ज है, जेल में है। भगवंत मान को कहूंगा, मेरा मित्र है, कि तू थोड़ा सा चौकस रहो, कभी कहीं भी जेल में ना चला। खुशी वाला माहौल है क्योंकि चुनाव प्रचार के आखिरी दिन के हरियाणे के माननीय मुख्यमंत्री श्री सैनी साहब साढ़े को आए ने, उन्होंने श्री मनीष जी के लिए वोटा मंगिया ने, यकीन भी दवाया कि फतेहगढ़ चूड़िया डेरा बाबा नानक के बड़ी वीड्डी गिणती वोटा पा के असी सारे बंधु जी को अपने लोग सभा का मैंबर बना के अपने पार्लीमेंट भेजेंगे, ता कि सानू वध तो वध काम कर सकन, साढ़े जिहड़े आ पछड़े बॉर्डर का एरिया वा उहदे ते उचेचा ध्यान दिता जा सके। वेखो तुहानू सारिआं नूं पता ਪਿਛਲੀਆਂ ਚੋਣਾਂ ਤੇ ਇਸ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਇਸ ਵਾਰੀ ਬੀਜੇਪੀ ਇੱਕ ਲਹਿਰ ਦੇ ਨਾਲ ਚੱਲ ਰਹੀ ਹੈ ਕਿਉਂਕਿ ਸਾਡੀ ਕੇਂਦਰ ਦੇ ਵਿੱਚ ਸਰਕਾਰ ਬਣਨ ਜਾ ਰਹੀ ਆ। ਨਰਿੰਦਰ ਮੋਦੀ ਜੀ ਸਾਡੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਦੇਸ਼ ਦੀ ਸੇਵਾ ਕਰਨ ਜਾ ਰਹੇ ਆ, ਤੇ ਸਾਰੇ ਦੇਸ਼ ਦੇ ਵਿੱਚ ਇੱਕ ਬਹੁਤ ਵਿਆਹ ਵਾਲਾ ਮਾਹੌਲ ਆ। ਚਾਰ ਸਿੰਘ ਨਰਿੰਦਰ ਮੋਦੀ ਜੀ ਦੁਬਾਰਾ ਤੀਜੀ ਵਾਰ ਸਹੁੰ ਚੁੱਕ ਕੇ ਤੇ ਸਾਡੇ ਦੇਸ਼ ਨੂੰ ਜਿਹੜਾ ਵਾ ਪਹਿਲਾਂ ਵੀ ਉਹਨਾਂ ਨੇ ਬਹੁਤ ਮਾਣ ਦਵਾਇਆ ਤੇ ਹੋਰ ਉਹਦੇ ਜਿਹੜੇ ਆ ਪ੍ਰਗਟ ਹੋਰ ਇੱਕ ਵੱਡਾ ਬਿੱਲ ਪੱਤਰ ਸਾਬਤ ਹੋ ਗਿਆ। ਧੰਨਵਾਦ ਤੁਹਾਡਾ ਜੀ।